ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਬਣਾਵਾਂਗੇ ਭਰ ਕੇ ਸ਼ਿਮਲਾ ਮਿਰਚਾਂ। ਠੀਕ ਹੈ ਜੀ। ਸ਼ਿਮਲਾ ਮਿਰਚਾਂ ਧੋ ਕੇ ਅਸੀਂ ਆ ਕਰ ਲਿਆ, ਇਹਦੇ ਵਿੱਚੋਂ ਇੱਦਾਂ ਕੱਢ ਲੈਣੀਆਂ ਆ। ਠੀਕ ਹੈ, ਗੋਲ ਗੋਲ ਇਹਦੇ ਵਿੱਚ ਮਸਾਲਾ ਭਰਾਂਗੇ ਅਸੀਂ। ਠੀਕ ਹੈ ਜੀ, ਲਓ ਜੀ ਚਲਦੇ ਹਾਂ ਅੱਗੇ। ਹਾਂਜੀ, ਲਓ ਜੀ ਮਸਾਲਾ ਅਸੀਂ ਤਿਆਰ ਕਰ ਲਿਆ ਇੱਧਰ। ਠੀਕ ਹੈ, ਮਿਰਚਾਂ ਵਾਸਤੇ ਹੁਣ ਸਵਾਦ ਅਨੁਸਾਰ ਇਹ 'ਚ ਪਾਵਾਂਗੇ ਨਮਕ ਠੀਕ ਹੈ, ਹਲਦੀ, ਗਰਮ ਮਸਾਲਾ। ਠੀਕ ਹੈ, ਅਤੇ ਇਹ ਮਸਾਲੇ ਪਾ ਕੇ ਹਰੀਆਂ ਮਿਰਚਾਂ ਅਸੀਂ ਪਾਤੀਆਂ ਸੀ ਵਿੱਚ, ਹੁਣ ਅਸੀਂ ਇਹਨੂੰ ਮਿਕਸ ਕਰਾਂਗੇ। ਠੀਕ ਹੈ ਜੀ, ਲਓ ਜੀ ਮਸਾਲਾ ਅਸੀਂ ਮਿਕਸ ਕਰ ਲਿਆ ਆ। ਹੁਣ ਅਸੀਂ ਆਹ ਸ਼ਿਮਲਾ ਮਿਰਚਾਂ ਸੀ ਸਾਡੀਆਂ, ਹੁਣ ਅਸੀਂ ਇਹਨਾਂ ਨੂੰ ਭਰਾਂਗੇ। ਠੀਕ ਹੈ ਜੀ, ਲਓ ਜੀ ਸ਼ਿਮਲਾ ਮਿਰਚਾਂ ਅਸੀਂ ਭਰ ਲਈਆਂ ਆ। ਠੀਕ ਹੈ ਜੀ, ਦੇਖ ਸਕਦੇ ਹਾਂ ਤੁਸੀਂ ਇਹਨੂੰ ਇਹਨੂੰ ਅਸੀਂ ਛੱਡਾਂਗੇ ਤੇਲ ਵਿੱਚ ਇੱਕ ਇੱਕ ਕਰਕੇ। ਠੀਕ ਹੈ ਜੀ, ਇੱਧਰ ਤੇਲ ਸਾਡਾ ਗਰਮ ਹੋ ਗਿਆ ਆ। ਠੀਕ ਹੈ, ਗਰਮ ਕਰਕੇ ਇਹਨੂੰ ਸਿਮ ਕਰਤਾ ਸੀ, ਹੁਣ ਅਸੀਂ ਇੱਕ ਇੱਕ ਛੱਡਾਂਗੇ ਇੱਥੇ ਸ਼ਿਮਲਾ ਮਿਰਚ। ਹੁਣ ਅਸੀਂ ਇਹਨੂੰ ਬਿਲਕੁਲ ਸੇਮ ਹੀ ਬਣਾਵਾਂਗੇ। ਠੀਕ ਹੈ ਜੀ, ਗੈਸ ਸਾਡੇ ਨੂੰ ਬਿਲਕੁਲ ਸੇਮ, ਇਹਨੂੰ ਥੋੜ੍ਹੀ ਦੇਰ ਤੋਂ ਬਾਅਦ ਹੀ ਚੈੱਕ ਕਰਾਂਗੇ। ਠੀਕ ਹੈ, ਲਓ ਜੀ ਦੇਖੀਏ ਸਾਡੀਆਂ ਸ਼ਿਮਲਾ ਮਿਰਚਾਂ, ਅਸੀਂ ਇਹਨੂੰ ਇੱਦਾਂ ਤੁਸੀਂ ਪਾਸੇ ਇਹਨਾਂ ਦੇ ਚੇਂਜ ਕਰ ਦੇਣਾ। ਠੀਕ ਹੈ ਜੀ, ਪਲਟੀ ਕਰ ਦੇਣੇ, ਅਤੇ ਗੈਸ ਬਿਲਕੁਲ ਤੁਹਾਡਾ ਸਲੋ ਹੋਵੇ। ਠੀਕ ਹੈ ਜੀ, ਸਲੋ ਗੈਸ 'ਤੇ ਬਹੁਤ ਸੋਹਣੀਆਂ ਬਣਦੀਆਂ, ਜੇ ਤੇਜ਼ ਗੈਸ ਹੋਊਗਾ ਫਿਰ ਉਹ 'ਚ ਸੜ ਜਾਂਦੀਆਂ। ਠੀਕ ਹੈ ਜੀ, ਅਤੇ ਸਲੋ ਗੈਸ 'ਤੇ ਬਿਲਕੁਲ ਮੀਡੀਅਮ ਗੈਸ 'ਤੇ ਸੋਹਣੀਆਂ ਬਣਦੀਆਂ ਹੌਲੀ ਹੌਲੀ। ਪਾਸੇ ਸਾਰਿਆਂ ਦੇ ਇੱਕਤਾ ਕਰ ਦਿਉ। ਠੀਕ ਹੈ, ਲਓ ਜੀ ਤੁਸੀਂ ਦੇਖ ਸਕਦੇ ਹਾਂ, ਲਓ ਪਾਸੇ ਆਪਾਂ ਸਾਰਿਆਂ ਦੇ ਪਲਟਦੇ ਹਾਂ। ਹੁਣ ਇਹਨਾਂ ਨੂੰ ਹੌਲੀ ਹੌਲੀ ਬਣਨ ਦੇਵਾਂਗੇ। ਠੀਕ ਹੈ, ਲਓ ਜੀ ਅਜੇ ਬਣਾਉਂਦੇ ਹਾਂ। ਲਓ ਜੀ ਤੁਸੀਂ ਦੇਖ ਸਕਦੇ ਹਾਂ ਸਾਡੀ ਸ਼ਿਮਲਾ ਮਿਰਚ ਬਣ ਕੇ ਬਿਲਕੁਲ ਹੀ ਤਿਆਰ ਹੈ ਜੀ। ਠੀਕ ਹੈ ਜੀ, ਅਤੇ ਜੇ ਤੁਹਾਨੂੰ ਸਾਡੀ ਸ਼ਿਮਲਾ ਮਿਰਚ ਦੀ ਰੈਸਪੀ ਪਸੰਦ ਆਈ ਹੈ ਜੀ, ਤਾਂ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ। ਠੀਕ ਹੈ ਜੀ, ਓਕੇ ਜੀ, ਥੈਂਕ ਯੂ, ਬਾਏ ਬਾਏ।